ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਪੂਰਾ ਜਥਾ ਇੱਥੇ ਪਹੁੰਚਿਆ ਜਦੋਂ ਤੋਂ ਬੇਅਦਬੀ ਹੋਈ ਸੀ ਅਸੀਂ ਤਾਂ ਉਦੋਂ ਤੋਂ ਲੈ ਕੇ ਇਹਨਾਂ ਮੋਰਚਿਆਂ ਦੇ ਵਿੱਚ ਇਹਨਾਂ ਸੰਘਰਸ਼ਾਂ ਦੇ ਵਿੱਚ ਇਹ ਕਹਿੰਦੇ ਸੀ ਅਸੀਂ 24 ਘੰਟੇ ਇਨਸਾਫ ਦੇ ਦੇਵਾਂਗੇ ਜਿਹੜੀ ਅੱਜ ਦੀ ਸਰਕਾਰ ਹੈ ਤੇ ਹੁਣ 10 ਮਹੀਨੇ ਹੋ ਗਏ ਹਲੇ ਤੱਕ 24 ਘੰਟੇ ਵੀ ਲੰਘੇ ਹੋ ਸਕਦਾ 24 ਮਹੀਨਿਆਂ ਨੂੰ ਦੇਣਾ ਹੋਵੇ ਤਾਂ ਫਿਰ ਉਹ ਪਿਛਲੀਆਂ ਸਰਕਾਰਾਂ ਵਾਲੀ ਗੱਲ ਹੋ ਗਈ ਨਾ ਇਹਦਾ ਮਤਲਬ ਇਨਸਾਫ ਦੇਣਾ ਹੀ ਤੁਹਾਡਾ ਕਿਸ ਤਰੀਕੇ ਦਾ ਸਮਰਥਨ ਰਹੂਗਾ ਅੱਜ ਪਹਿਲੇ ਦਿਨ ਇੱਥੇ ਆਏ ਆ ਤਾਂ ਵਾਪਸ ਜਾਵੜੋਗੇ ਜਾਂ ਤੁਹਾਡੇ 5-5 4-4 ਬੰਦੇ ਹਰ ਰੋਜ਼ ਇੱਥੇ ਰਹਿਣਗੇ ਕੱਲ ਨੂੰ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਸਾਡੀ ਜਥੇਬੰਦੀ ਬੀਕੇ ਜੀ ਇਕਤਾ ਸਿੱਧੂਪੁਰ ਨੇ 10,000 ਬੰਦੇ ਦਾ ਇਕੱਠ ਕਰਤਾ ਕੱਲ ਦਾ ਦਿਨ ਛੁੱਟੀ ਜ਼ਰੂਰ ਲਵਾਂਗੇ ਮੋਰਚੇ ਤੋਂ ਪਰ ਅੱਗੇ ਤੋਂ ਪਰਸੋਂ ਤੋਂ ਲੈ ਕੇ ਜਿਵੇਂ ਵੀ ਮੋਰਚਾ ਚੱਲੂਗਾ ਅਸੀਂ ਗੱਲਬਾਤ ਕਰਕੇ ਆਗੂਆਂ ਦੇ ਹਾਂ ਹਰ ਰੋਜ਼ ਆਗੂਆਂ ਦੇ ਨਾਲ ਗੱਲਬਾਤ ਕਰਕੇ ਜਾਵਾਂਗੇ ਜਿਹੇ ਜੀ ਡਿਊਟੀ ਦੇਣਗੇ ਜਿੰਨੀ ਗਿਣਤੀ ਦੇਣਗੇ ਸਾਨੂੰ ਅਸੀਂ ਹਰ ਰੋਜ਼ ਦੀ ਗਿਣਤੀ ਵੀ ਦੇਵਾਂਗੇ ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਟਰਾਲੀਆਂ ਤੇ ਆਪੋ ਆਪਣੇ ਵਹੀਕਲਾਂ ਤੇ ਉੱਥੇ ਹੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਹੈ ਉਹਨਾਂ ਦੇ ਜਿਹੜੇ ਵਰਕਰ ਆ ਉਹ ਵੀ ਪਹੁੰਚ ਰਹੇ ਨੇ ਇਸ ਜਿਹੜਾ ਮੋਰਚੇ ਦੇ ਵਿੱਚ ਕਿਉਂਕਿ ਅੱਜ ਜਿਹੜਾ ਦੋਨੋਂ ਪਾਸੇ ਤੋਂ ਪੱਕੇ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੀ ਇਹ ਪੂਰਾ ਜਥਾ ਇੱਥੇ ਪਹੁੰਚਿਆ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਮੋਰਚੇ ਦੇ ਵਿੱਚ ਤੁਸੀਂ ਸਮਰਥਨ ਦੇਣ ਲਈ ਪਹੁੰਚੋ ਅਸੀਂ ਤਾਂ ਸਮਰਥਨ ਜਿਸ ਦਿਨ ਤੋਂ ਬੇਅਦਬੀ ਹੋਈ ਸੀ ਪਿਛਲੀਆਂ ਸਰਕਾਰਾਂ ਵੇਲੇ ਅਕਾਲੀ ਸਰਕਾਰ ਵੇਲੇ ਜਦੋਂ ਤੋਂ ਬੇਅਦਬੀ ਹੋਈ ਸੀ ਅਸੀਂ ਤਾਂ ਉਦੋਂ ਤੋਂ ਲੈ ਕੇ ਇਹਨਾਂ ਮੋਰਚਿਆਂ ਦੇ ਵਿੱਚ ਇਹਨਾਂ ਸੰਘਰਸ਼ਾਂ ਦੇ ਵਿੱਚ ਹੈ ਅੱਜ ਵੀਕੇ ਜੋ ਇੱਕ ਤਾਂ ਸਿੱਧੂਪੁਰ ਦਾ ਕੇਵਲ ਬਾਜਾਖਾਨਾ ਬਲਾਕ ਜਾਂ ਥੋੜ੍ਹਾ ਜਿਹਾ ਜੈਤੋਂ ਦਾ ਆਇਆ ਕਿਉਂਕਿ ਕੱਲ ਨੂੰ ਅਸੀਂ ਕੌਮੀ ਇਨਸਾਨ ਇਨਸਾਫ਼ ਮੋਰਚਾ ਮੋਹਾਲੀ ਦੇ ਵਿੱਚ 10,000 ਬੰਦੇ ਦਾ ਇਕੱਠ ਕਰਨਾ ਹੈ ਉੱਧਰ ਦੀਆਂ ਤਿਆਰੀਆਂ 'ਚ ਸਾਡਾ ਕੇਡਰ ਜੁਟਿਆ ਹੋਇਆ ਅਸੀਂ ਮੋਰਚੇ ਦੇ ਨਾਲ ਹੈ ਇਸ ਦੇ ਵੀ ਨਾਲ ਹੈ ਜੋ ਵੀ ਕਾਲ ਦੇਊਗੀ ਇੱਥੋਂ ਦੇ ਮੋਰਚਾ ਵਾਲੀ ਕਮੇਟੀ ਕੋਈ ਉਹਨਾਂ ਨੇ ਮੁਕੰਮਲ ਬੰਦ ਕਰਨਾ ਰੋਡ ਬਲੌਕ ਕਰਨਾ ਕੁਝ ਵੀ ਕਰਨਾ ਸਾਡੀ ਜਥੇਬੰਦੀ ਬੀਕੇ ਜੀ ਇਕਤਾ ਸਿੱਧੂਪੁਰ ਬਿਲਕੁਲ ਇਹਨਾਂ ਦੇ ਨਾਲ ਪ੍ਰਧਾਨ ਜੀ ਕਿਵੇਂ ਮੰਨਦੇ ਹੋ ਇਹ ਜਿਹੜੀਆਂ ਸੜਕਾਂ ਦੋਨੇ ਜਾਮ ਕੀਤੀਆਂ ਜਾਇਜ਼ ਹੈ ਕਿਉਂਕਿ ਜਿਹੜੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਾਣਾ ਬਠਿੰਡੇ ਨੂੰ ਜਾਣਾ ਯਾਤਰੀ ਕਿਤੇ ਨਾ ਕਿਤੇ ਜ਼ਰੂਰ ਪਰੇਸ਼ਾਨ ਹੋਣਗੇ ਇਹ ਬਿਲਕੁਲ ਹੁੰਦਾ ਜਦੋਂ ਸੰਘਰਸ਼ ਹੈ ਰੋਡ ਬਲੌਕ ਹੁੰਦੇ ਇਹ ਤੋਂ ਕੋਈ ਅਸੀਂ ਮੁਨਕਰ ਨਹੀਂ ਹਾਂ ਪ੍ਰੋਬਲਮ ਸੰਗਤਾਂ ਨੂੰ ਆਉਂਦੀ ਹੈ ਪਰ ਇਹਦੇ ਵਿੱਚ ਜ਼ਿੰਮੇਵਾਰ ਅਸੀਂ ਨਹੀਂ ਨਾ ਹੈਗੇ ਕਿੰਨਾ ਸਮਾਂ ਹੋ ਗਿਆ ਮੋਰਚਾ ਲੱਗੇ ਨੂੰ ਮਹੀਨਿਆਂ ਵੱਧ ਹੀ ਹੋ ਗਏ ਨੇ ਬੈਠੇ ਇੱਥੇ ਮੋਰਚਾ ਲਾਈ ਬੈਠੇ ਆ ਸਰਕਾਰਾਂ ਨਹੀਂ ਜ਼ਿੰਮੇਵਾਰ ਨਾਲੇ ਇਹ ਤਾਂ ਸਰਕਾਰ ਬਣੀ ਇਹਨਾਂ ਲੜਾਈਆਂ ਦੇ ਵਿੱਚੋਂ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹਨਾਂ ਨੇ ਉਹਨਾਂ ਮਸਲਿਆਂ ਨੂੰ ਚੁੱਕ ਚੁੱਕ ਕੇ ਲੋਕਾਂ ਦੇ ਵਿੱਚ ਪਹੁੰਚ ਕੇ ਇਹਨਾਂ ਦੇ ਤਾਂ ਇਹ ਕਹਿੰਦੇ ਸੀ ਅਸੀਂ 24 ਘੰਟੇ ਇਨਸਾਫ ਦੇ ਦੇਵਾਂਗੇ ਜਿਹੜੀ ਅੱਜ ਦੀ ਸਰਕਾਰ ਹੈ ਤੇ ਹੁਣ 10 ਮਹੀਨੇ ਹੋ ਗਏ ਹਲੇ ਤੱਕ 24 ਘੰਟੇ ਵੀ ਲੰਘੇ ਹੋ ਸਕਦਾ 24 ਮਹੀਨਿਆਂ ਨੂੰ ਦੇਣਾ ਹੋਵੇ ਹਾਂ 24 ਮਹੀਨਿਆਂ ਨੂੰ ਤਾਂ ਫਿਰ ਉਹ ਪਿਛਲੀਆਂ ਸਰਕਾਰਾਂ ਵਾਲੀ ਗੱਲ ਹੋ ਗਈ ਨਾ ਇਹਦਾ ਮਤਲਬ ਇਨਸਾਫ ਦੇਣਾ ਹੀ ਨਹੀਂ 24 ਮਹੀਨੇ ਵਾਲੀ ਗੱਲ ਤਾਂ ਵੀ ਫਿਰ ਇਨਸਾਫ ਦੇਣਾ ਹੀ ਨਹੀਂ ਇਨਸਾਫ ਦੇਵੇ ਸਰਕਾਰ ਤੇ ਲੋਕ ਉੱਠ ਕੇ ਘਰਾਂ ਨੂੰ ਚੱਲੇ ਜਾਣਗੇ ਕੌਣ ਵਿਹਲਾ ਸਾਰਿਆਂ ਨੇ ਆਪੋ ਆਪਦੇ ਪਰਿਵਾਰਾਂ ਦੇ ਵਿੱਚ ਕੰਮ ਕਾਜ ਕਰਨਾ ਸੋ ਇਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਇਹਦੀ ਜ਼ਿੰਮੇਵਾਰ ਪਬਲਿਕ ਨਹੀਂ ਹੁੰਦੀ ਇਹਦੀ ਜ਼ਿੰਮੇਵਾਰ ਸਰਕਾਰ ਪ੍ਰਧਾਨ ਜੀ ਜਿਵੇਂ ਹੁਣ 14 ਮਹੀਨੇ ਤੋਂ ਇੱਥੇ ਜਿਹੜਾ ਇਹ ਬੇਅਦਬੀ ਇਨਸਾਫ ਮੋਰਚਾ ਚੱਲ ਰਿਹਾ ਤਾਂ ਮੋਰਚੇ ਦੇ ਵਿੱਚ ਜਦੋਂ ਇਕੱਠ ਹੁੰਦਾ ਉਦੋਂ ਜ਼ਰੂਰ ਬਹੁਤ ਲੋਕ ਪਹੁੰਚਦੇ ਆ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਪਰ ਜਿਹੜੇ ਦੂਜੇ ਦਿਨਾਂ ਦੇ ਵਿੱਚ 4-5 ਵਿਅਕਤੀ ਇੱਥੇ ਰਹਿ ਜਾਂਦੇ ਆ ਹੁਣ ਇਹਨਾਂ ਨੇ ਰੋਡ ਜਾਮ ਕਰ ਦਿੱਤਾ ਤੁਹਾਡਾ ਕਿਸ ਤਰੀਕੇ ਦਾ ਸਮਰਥਨ ਰਹੂਗਾ ਅੱਜ ਪਹਿਲੇ ਦਿਨ ਇੱਥੇ ਆਏ ਆ ਤਾਂ ਵਾਪਸ ਜਾਵੜੋਗੇ ਜਾਂ ਤੁਹਾਡੇ 5-5 4-4 ਬੰਦੇ ਹਰ ਰੋਜ਼ ਇੱਥੇ ਰਹਿਣਗੇ ਅਸੀਂ ਜੇ ਇਹ ਮੁਕੰਮਲ ਰੋਡ ਬਲੌਕ ਕਰਨਗੇ ਅਸੀਂ ਆਪਦੀ ਜਥੇਬੰਦੀ ਵੱਲੋਂ ਕਰਤਾ ਜੀ ਇਹਨਾਂ ਨੇ ਕਹਿਤਾ ਫਿਰ ਉਹ ਬਿਲਕੁਲ ਸਾਡਾ ਸਮਰਥਨ ਹੋਊਗਾ ਹਰ ਰੋਜ਼ ਦਾ ਪਰ ਅੱਜ ਕੀ ਹੈ ਅਸੀਂ ਕੱਲ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਸਾਡੀ ਜਥੇਬੰਦੀ ਬੀਕੇ ਜੀ ਇਕਤਾ ਸਿੱਧੂਪੁਰ ਨੇ 10,000 ਬੰਦੇ ਦਾ ਇਕੱਠ ਕਰਨਾ ਪੂਰੇ ਪੰਜਾਬ ਦੇ ਵਿੱਚੋਂ ਬੱਸਾਂ ਜਾਣੀਆਂ ਤਾਂ ਅਸੀਂ ਪਿਛਲੇ 3 ਦਿਨਾਂ ਤੋਂ ਲੈ ਕੇ ਉਹਦੇ 'ਚ ਡਟੇ ਹੋਏ ਹਾਂ ਅੱਜ ਵੀ ਅਸੀਂ ਆਪਦਾ ਕੇਡਰ ਵੀ ਤਿਆਰ ਕਰਨਾ ਬੱਸਾਂ ਬੁੱਸਾਂ ਗੱਡੀਆਂ ਤਿਆਰ ਕਰਨਗੇ ਕੱਲ ਨੂੰ ਅਸੀਂ ਉੱਥੇ ਹਾਜ਼ਰੀ ਲਵਾਉਣੀ ਹੈ ਕੱਲ ਦਾ ਦਿਨ ਛੁੱਟੀ ਜ਼ਰੂਰ ਲਵਾਂਗੇ ਮੋਰਚੇ ਤੋਂ ਪਰ ਅੱਗੇ ਤੋਂ ਪਰਸੋਂ ਤੋਂ ਲੈ ਕੇ ਜਿਵੇਂ ਵੀ ਮੋਰਚਾ ਚੱਲੂਗਾ ਅਸੀਂ ਗੱਲਬਾਤ ਕਰਕੇ ਆਗੂਆਂ ਦੇ ਨਾਲ ਹਾਂ ਹਰ ਰੋਜ਼ ਆਗੂਆਂ ਦੇ ਨਾਲ ਗੱਲਬਾਤ ਕਰਕੇ ਅੱਜ ਜਾਵਾਂਗੇ ਜਿਹੇ ਜੀ ਡਿਊਟੀ ਦੇਣਗੇ ਜਿੰਨੀ ਗਿਣਤੀ ਦੇਣਗੇ ਸਾਨੂੰ ਅਸੀਂ ਹਰ ਰੋਜ਼ ਦੀ ਗਿਣਤੀ ਵੀ ਦੇਵਾਂਗੇ ਤਾਂ ਸੁਣਿਆ ਤਾਂ ਇਹ ਤੁਸੀਂ ਇਹ ਸੀਗੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਤਾਂ ਲਗਾਤਾਰ ਜਿਹੜਾ ਇਹਨਾਂ ਵੱਲੋਂ ਹਰ ਮੋਰਚੇ ਵਾਸਤੇ ਹਰ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਕਿਸੇ ਵੀ ਮੁੱਦਿਆਂ 'ਤੇ ਉੱਥੇ ਇਹ ਉਹਨਾਂ ਦਾ ਸਾਥ ਦਿੰਦੇ ਆ ਤਾਂ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੋਹਾਲੀ ਦੇ ਵਿੱਚ ਵੀ ਇਹਨਾਂ ਵੱਲੋਂ ਜਿਹੜਾ ਵੱਡਾ ਇਕੱਠ ਵੱਡੇ ਜਥੇ ਲੈ ਕੇ ਉੱਥੇ ਹਜ਼ਾਰਾਂ ਦੇ ਕਰੀਬ ਦੇ ਜਿਹੜੇ ਇਹਨਾਂ ਦੇ ਵਰਕਰ ਉੱਥੇ ਪਹੁੰਚਣਗੇ ਤਾਂ ਅੱਜ ਇਹ ਬਹਿਬਲ ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਆ ਜਿੱਥੇ ਦੋਨੋਂ ਰੋਡ ਜਿਹੜੇ ਜਾਮ ਕੀਤੇ ਜਾ ਚੁੱਕੇ ਨੇ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਕੱਲ੍ਹ ਦੀ ਛੁੱਟੀ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਪੱਕੇ ਤਰੀਕੇ ਦੇ ਨਾਲ ਇਸ ਮੋਰਚੇ ਦਾ ਸਾਥ ਦੇਵਾਂਗੇ 5 ਜਣੇ ਆਉਣ 4 ਜਣੇ ਆਉਣ ਸਾਡੇ ਇੱਥੇ ਜਿਹੜਾ ਲਗਾਤਾਰ ਹਾਜ਼ਰ ਰਹਿਣਗੇ ਦੇਖਦੇ ਹਾਂ ਹੋਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਕਿਹੜੀਆਂ ਜਥੇਬੰਦੀਆਂ ਕਿਹੜੀਆਂ ਰਾਜਨੀਤਿਕ ਪਾਰਟੀਆਂ ਇਸ ਮੋਰਚੇ ਦਾ ਹਿੱਸਾ ਬਣਦੀਆਂ ਨੇ ਸਾਥ ਦਿੰਦੀਆਂ ਨੇ ਗੁਰਜੀਤ ਸਿੰਘ ਰਮਾਣਾ ਬਾਈਬਲ ਕਲਾਂ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ
किवें बनती है वसीयत, जमीन जायदाद के हर मसले पर करांगे चर्चा। देखना ना भुलना साडा खास प्रोग्राम नायब तहसीलदार .com T5 चैनल पंजाबी, हुणे सबसक्राइब करो, बैल आइकन पे क्लिक करो। निडर हां, निरपक्ष हां, आजाद हां, सच कहां, गल करांगे सियासी हवा दी, होणगे हुकमरानां नूं सिद्धे सवाल। सब तो पहलां पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक।